ਅੱਛਾ ਵੀਰੋ, ਲਗਾਤਾਰ ਮੈਂ ਜਿਹੜੀਆਂ ਉਹ ਇਨਵੈਸਟਮੈਂਟ ਦੇ ਉੱਤੇ ਵੀਡੀਓਜ਼ ਪਾਉਂਦਾ ਰਹਿੰਦਾ ਆ, ਤੇ ਹੁਣ ਫਿਰ ਦੁਬਾਰਾ ਜਿਹੜਾ ਆ ਉਹ ਭਾਰਤ ਸਰਕਾਰ ਦੇ ਵੱਲੋਂ ਜਿਹੜਾ ਆ ਸਵਰਨ ਗੋਲਡ ਬੌਂਡ ਜਿਹੜੇ ਉਹ ਜਾਰੀ ਕੀਤੇ ਗਏ ਆ, ਤੇ ਜੇਕਰ ਹੁਣ ਤੁਸੀਂ ਨਿਵੇਸ਼ ਕਰਨਾ ਚਾਹੁੰਦੇ ਆ ਤੇ ਤੁਸੀਂ ਜਿਹੜਾ ਉਹ ਨਿਵੇਸ਼ ਕਰ ਸਕਦੇ ਆ। 19 ਤੋਂ 23 ਦਸੰਬਰ ਤੱਕ ਸਿਰਫ ਤੁਸੀਂ ਇਹਦੇ ਵਿੱਚ ਨਿਵੇਸ਼ ਕਰ ਸਕਦੇ ਆ। ਇਹ ਜਿਹੜਾ ਗੋਲਡ ਹੁੰਦਾ ਆ ਪੇਪਰਾਂ ਦੇ ਵਿੱਚ ਤੁਸੀਂ ਇਸ ਨੂੰ ਖਰੀਦਦੇ ਆ, ਤੇ ਇਹਦੇ ਵਿੱਚ ਤੁਹਾਨੂੰ ਜਿਹੜੀ ਉਹ 24 ਕੈਰਟ ਦੀ ਪੂਰੀ ਜਿਹੜੀ ਵੈਲਿਊ ਆ ਜਿੰਨੀ ਹੁੰਦੀ ਆ ਉਹ ਮਿਲਦੀ ਆ, ਗਹਿਣਿਆਂ ਦੇ ਵਿੱਚ ਐਦਾਂ ਨਹੀਂ ਹੁੰਦਾ। ਸੋ ਇਹ ਬੌਂਡ ਹੁੰਦਾ ਆ, ਕਿਉਂ ਤੁਸੀਂ ਇਹਦੇ ਵਿੱਚ ਨਿਵੇਸ਼ ਕਰ ਸਕਦੇ ਆ, ਕੀ ਆ ਇਹਦੇ ਫਾਇਦੇ, ਕੀ ਹੁੰਦਾ ਆ ਸਾਰਾ, ਇਹ ਤੁਹਾਨੂੰ ਮੈਂ ਥੋੜੀ ਜਿਹੀ ਦੀ ਡਿਟੇਲ ਦੇ ਦਿੰਦਾ ਆ। ਲੇਕਿਨ 19 ਤੋਂ 23 ਦਸੰਬਰ ਤੱਕ ਤੁਸੀਂ ਜੇਕਰ ਖਰੀਦਣਾ ਚਾਹੋ ਤਾਂ ਖਰੀਦ ਸਕਦੇ ਆ। ਸੋ ਚਾਹੇ ਤੁਸੀਂ ਹੁਣ ਤੋਂ ਹੀ ਇਹਦੇ ਵਿੱਚ ਆਪਣਾ ਪੈਸਾ ਜਿਹੜਾ ਆ ਉਹ ਲਗਾ ਸਕਦੇ ਆ, ਤੇ 1 ਗ੍ਰਾਮ ਸੋਨੇ ਦੇ ਲਈ 5409 ਰੁਪਏ ਜਿਹੜੇ ਉਹ ਤੁਹਾਨੂੰ ਦੇਣੇ ਪੈਣਗੇ। ਅੱਗੇ ਜੇਕਰ ਇਹਦੀ ਗੱਲ ਕਰੀਏ ਤਾਂ ਸਰਾਫਾ ਬਾਜ਼ਾਰ ਜਿਹੜਾ ਹੈਗਾ ਉਹਦੇ ਵਿੱਚ ਸੋਨਾ ਜਿਹੜਾ ਆ ਉਹ 54,000 ਤੋਂ ਉੱਪਰ ਆ, ਤੇ 19 ਦਸੰਬਰ ਨੂੰ ਜਿਹੜਾ 24 ਕੈਰਟ ਸੋਨਾ ਸੀਗਾ ਉਹ 54,126 ਰੁਪਏ ਪ੍ਰਤੀ 10 ਗ੍ਰਾਮ ਜਿਹੜਾ ਉਹ ਰੇਟ ਇਹਦਾ ਆਂਕਿਆ ਗਿਆ। ਸੋ ਅੱਗੇ ਤੁਸੀਂ ਕਿੰਨਾ ਸੋਨਾ ਖਰੀਦ ਸਕਦੇ ਆ, ਤੇ ਦੋਸਤੋ ਜ਼ਿਆਦਾ ਤੋਂ ਜ਼ਿਆਦਾ 4 ਕਿਲੋ ਸੋਨੇ ਦੇ ਵਿੱਚ ਤੁਸੀਂ ਜਿਹੜਾ ਇਹ ਨਿਵੇਸ਼ ਕਰ ਸਕਦੇ ਆ। ਕੋਈ ਵੀ ਜਿਹੜਾ ਬੰਦਾ ਆ ਉਹ 20 ਵਰਸ਼ ਦੇ ਵਿੱਚ ਘੱਟ ਤੋਂ ਘੱਟ 1 ਗ੍ਰਾਮ ਤੇ ਜ਼ਿਆਦਾ ਤੋਂ ਜ਼ਿਆਦਾ 4 ਕਿਲੋਗ੍ਰਾਮ ਦੀ ਵੈਲਿਊ ਤੱਕ ਦੇ ਜਿਹੜੇ ਉਹ ਬੌਂਡ ਖਰੀਦ ਸਕਦਾ ਆ। ਹਾਲਾਂਕਿ ਜੇਕਰ ਕੋਈ ਟਰਸਟ ਆ ਤੇ ਉਹ ਜਿਹੜਾ ਆ 20 ਕਿਲੋ ਤੱਕ ਜਿਹੜਾ ਇਸ ਨੂੰ ਖਰੀਦ ਸਕਦੇ ਆ ਬੌਂਡ ਦੇ ਰੂਪ ਦੇ ਵਿੱਚ। ਸ਼ੁੱਧਤਾ ਤੇ ਸੁਰੱਖਿਆ ਦੀ ਕੋਈ ਚਿੰਤਾ ਨਹੀਂ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ 24 ਕੈਰਟ ਦਾ 24 ਕੈਰਟ ਤੁਹਾਡਾ ਉਹ ਮਿਲੇਗਾ ਤੁਹਾਨੂੰ, ਤੇ ਸੁਰੱਖਿਆ ਬੈਂਕਾਂ ਦੇ ਵਿੱਚ ਇਹ ਪਏ ਹੁੰਦੇ ਆ। ਇਸ ਤੋਂ ਇਲਾਵਾ 8 ਸਾਲ ਤੋਂ ਪਹਿਲਾਂ ਜੇਕਰ ਤੁਸੀਂ ਪੈਸਾ ਕਢਵਾਉਂਦੇ ਆ ਤੇ ਤੁਹਾਨੂੰ ਟੈਕਸ ਦੇਣਾ ਪੈਂਦਾ ਆ। 8 ਸਾਲ ਦਾ ਜਿਹੜਾ ਇਹਦਾ ਮੈਚਿਓਰਿਟੀ ਪੀਰੀਅਡ ਰਹਿੰਦਾ ਆ, ਤੇ ਜੇਕਰ ਤੁਸੀਂ 5 ਸਾਲ ਬਾਅਦ ਵੀ ਪੈਸੇ ਕਢਵਾਉਣਾ ਚਾਹੋ ਤੇ ਤੁਸੀਂ ਕਢਵਾ ਸਕਦੇ ਆ, ਤੇ ਇਹਦੇ ਕਰਕੇ ਜਦੋਂ ਤੁਸੀਂ ਪਹਿਲਾਂ ਪੈਸਾ ਕਢਵਾਉਂਦੇ ਆ ਤੇ ਤੁਹਾਨੂੰ ਜਿਹੜਾ ਉਹ ਟੈਕਸ ਦੇਣਾ ਪੈਂਦਾ ਆ, ਤੇ ਇਹ ਬੌਂਡ ਜਿਹੜੇ ਆ ਉਹ NSE ਤੇ ਉੱਪਰ ਵੀ ਜਿਹੜਾ ਉਹ ਟ੍ਰੈਂਡ ਟ੍ਰੇਡ ਕਰਦੇ ਆ। ਅੱਗੇ ਜੇਕਰ ਅਸੀਂ ਗੱਲ ਕਰੀਏ ਤੇ RBI ਦੁਆਰਾ ਜਿਹੜੇ ਇਹ ਸਵਰਨ ਗੋਲਡ ਬੌਂਡ ਆ ਉਹ ਜਾਰੀ ਕੀਤੇ ਜਾਂਦੇ ਆ। ਜੇ ਅਸੀਂ ਇਹਦੇ ਨਿਵੇਸ਼ ਦੇ ਵਿੱਚ ਫਾਇਦਿਆਂ ਦੀ ਗੱਲ ਕਰੀਏ ਤੇ ਇਹਦੇ ਵਿੱਚ ਨਿਵੇਸ਼ ਕਰਨ ਦੇ ਜਿਹੜੇ ਲੋਕ ਜਿਹੜੇ ਪੈਸਾ ਲਗਾਉਂਦੇ ਆ ਉਹਨਾਂ ਨੂੰ 2.5% ਦੀ ਦਰ ਦੇ ਨਾਲ ਜਿਹੜਾ ਉਹ ਵਿਆਜ ਦਾ ਫਾਇਦਾ ਮਿਲਦਾ ਆ। ਕੈਪੀਟਲ ਗੇਨ ਟੈਕਸ ਦੇ ਵਿੱਚ ਛੂਟ ਮਿਲਦੀ ਆ। ਸੋਵਰਨ ਗੋਲਡ ਬੌਂਡ ਨੂੰ ਜਿਹੜਾ ਉਹ ਕੋਲੈਟਰਲ ਰੂਪ ਦੇ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਆ। ਅੱਗੇ ਇਹਦੀ ਕੋਈ ਸਿਕਿਉਰਿਟੀ ਦੀ ਟੈਨਸ਼ਨ ਨਹੀਂ ਹੁੰਦੀ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੋਵਰਨ ਗੋਲਡ ਜਿਹੜਾ ਹੈਗਾ ਆ ਇਹ ਬੌਂਡ ਹੁੰਦੇ ਆ ਸਟਾਕ ਐਕਸਚੇਂਜ, ਜਿਵੇਂ ਕਿ ਤੁਹਾਨੂੰ ਦੱਸਿਆ NSE ਤੇ ਜ਼ਿਆਦਾ ਤੁਸੀਂ ਜਾ ਕੇ ਈਜ਼ੀਲੀ ਜਿਹੜਾ ਉਹ ਟ੍ਰੇਡ ਕਰ ਸਕਦੇ ਆ, ਤੇ ਇਹਦਾ ਕੋਈ GST ਤੇ ਮੇਕਿੰਗ ਚਾਰਜ ਜਿਹੜਾ ਉਹ ਨਹੀਂ ਲੱਗਦਾ ਕਿਉਂਕਿ ਬੌਂਡ ਦੇ ਰੂਪ ਦੇ ਵਿੱਚ ਹੁੰਦੇ ਆ। ਸੋ ਤੁਸੀਂ ਜਾ ਕੇ ਚੈੱਕ ਜ਼ਰੂਰ ਕਰਿਓ ਤੇ ਜੇਕਰ ਲੈਣਾ ਚਾਹੁੰਦੇ ਤਾਂ ਜ਼ਰੂਰ ਲਈਓ। ਬਾਕੀ ਖੁਸ਼ ਰਹੋ ਤੇ ਜ਼ਿੰਦਾ।